ਅਸਲਾਮ ਵਾਲੇਕੁਮ ਮੈਂ ਤੁਹਾਡਾ ਵੀਰ ਮੁਸੱਦਕ हुसैन ਰਾਜ ਅੱਜ ਨਵੇਂ ਵਲੌਗੇ ਚਾਹ ਦੇ ਰੋਇਆ ਜਰਾ ਅੱਜ ਮੇਰਾ ਯਾਰ ਵਿਛੜੋ ਹੋਇਆ ਯਾਰ ਬੜੇ ਦਿਨਾਂ ਤੋਂ ਬਾਅਦ ਮਿਲਿਆ ਮਲਕ ਅਜ਼ਰ ਚਵਾਨ ਸਾਹਿਬ ਤੇ ਆਏ ਵੇਖ ਲੋ ਨਾ ਭਲਾ ਇੱਕ ਇਹ ਮਿਲ ਗਿਆ ਤੇ ਇੱਕ ਮੇਰਾ ਸਜਣ ਆਏ ਮਿਲ ਗਿਆ ਇਹ ਸੁਣ ਜਾਣ ਦਿਓ ਇਹ ਜਨਾਬ ਮੁਹੰਮਦ ਆਬਦ हुसैन ਘੀਪਾ ਸ਼ੇਖ ਬੱਟੀ उस तू बाद शेख, शेख फैसल अक्रम फैसला जनाब उस रिश्तेदार बाकी यार बड़ी ज्यादा गड्डिया सारिया खो लिया तो इधर है झाड़ गए गे मालिक बन गए बंदे नो मवान बड़े दिया बाद लाइया बड़े बा� दियाद ਤੇ ਇਹ ਮੇਰੇ ਬਿਨਾਂ ਕਿੱਦੇ ਗਏ ਹੋ ਯਾਰ ਬਲਾ ਇਧਾਂ ਹੀ ਆਸੇ ਤੂੰ ਬਰੇ ਦੇ ਆਦ ਬਾਦ ਆ ਮੈਂ ਤੇ ਥਾਂ ਹੀ ਆ ਯਾਰ ਉਹ ਤੈਨੂੰ ਪਤਾ ਤਾਂ ਇਹ ਮੜੋ ਘਰ ਪਰੇਸ਼ਾਨੀ ਆਈ ਉਹ ਬੈਣ ਚੋ ਹੀ ਰਾਲੀ ਤੇ ਉਹਨਾਂ ਨੂੰ ਮਲਤਾਨ ਲੈ ਕੇ ਗਏ ਹੋ ਯਾਸੇ ਹਸਪਤਾਲ ਤੇ ਉਸ ਵਜ੍ਹਾ ਤੋਂ ਮੜੋ ਉੱਥੇ ਯਾਰ ਉਹ ਰਹੀ ਹੈ ਆਪਣਾ ਦੁਆ ਕਰੰਦੇ ਦਾਖ ਰਹੀ ਹੈ ਇਸ ਵਜ੍ਹਾ ਤੋਂ ਮੜ ਇੱਥੇ ਨਹੀਂ ਆ ਸਕਿਆ ਡੇਰੇ ਤੇ ਤੇ ਆ ਲਾਲਾ ਇਹਨੂੰ ਲਈ ਵਦਾ ਹੈ ਦੇ ਹੋ ਹਾਂ ਇਹ ਆਪਣੇ ਅਸਵਾਰੀ ਇਹਨੋਂ ਕੋ ਛੋੜ ਸਕਨੇ ਆ ਅੱਛਾ ਵਾਹ ਭਾਈ ਵਾਹ ਤੋ ਇਹ ਚਾਸ ਕਰਾ ਦਿੱਤੀ ਹੈ ਤੇ ਆਏ ਆਪਣੇ ਬੂਟੇ ਵੇ ਲੈਓ ਫਲਨ ਕੀ ਵਜਾ ਕਿਤੇ ਗਿਆ ਮਾਲ ਖਾ ਖੂਗਾ ਮਿਲੋ ਕਹੇ ਖਾ ਦੇਣਾ ਸਾਰੇ ਖਾਣ ਵਾਲੇ ਥੋੜੇ ਆ ਦੁਨੀਆ ਅੱਛਾ ਸਹੀ ਹੌਂਡ ਬਾ ਕੇ ਮੋਗ ਗਿਆ ਬਣਾਇਆ ਨਾ ਨਾ ਬਾਗ ਮੋਗ ਗਿਆ ਅੱਛਾ ਸਹੀ ਸਹੀ ਅਣਗਦ ਆ ਨਾਲ ਨਾਲ ਭਾਈ ਆ ਹਾਂਜੀ ਹਾਂਜੀ ਇਹ ਅੱਛਾ 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 ਮੈਨੂੰ ਕੋਈ ਹੋਰ ਸਮਝ ਆਈ ਆਈ ਉਹ ਤੂੰ ਆਂਦਾ ਪਿਆ ਉਹ ਨਾ ਬਈ ਇਹ ਆਪਣੀ ਸਵਾਰੀ ਏ ਹਾਂ ਤੇ ਮੈਂ ਕੋਝ ਹੋਰ ਸਮਝੀ ਖਲਾਮ ਅੱਲਾ ਦੀ ਕਸਮ ਹੈ ਨਾ ਇਹ ਆਪਣੀ ਸਵਾਰੀ ਏ ਬੜਿਆ ਅੱਛਾ 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 ਇਹ ਪੱਠੇ ਵੀ ਢੋਂਦੇ ਢੋਂਦੇ ਹੋ ਹੈ ਸਹੀ 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 ਆਰੇ ਕੰਮ ਹੋਣਾ ਹੈ ਹਾਂ ਇੱਥੇ ਤੂੰ ਬੜਾ ਇੱਕ ਹਥਿਆਰ ਲੈ ਆਦਾ ਹੂੰ ਆਏ ਪਈ ਇਹ ਦੇ ਨਾਲ ਕੀ ਕਰੇ ਨਾ ਇਹ ਨਾਲ ਪੱਛੇ ਵੜੇ ਨਾ ਅੱਛਾ ਹਥਿਆਰ ਛੋਟਾ ਜਿਹਾ ਨਹੀਂ ਹੈ 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 ਵੱਡਾ ਵੀ ਹੈ ਉਹ ਦੂਆ ਹੱਥ ਆਲਾ ਉਹਹੀਂ ਫੱਦਣ ਵਾਲਾ ਆਹਾਂ ਅੱਛਾ ਅੱਛਾ ਚੱਲੋ ਉਹ ਬਾਵਾ ਵੇ ਤੰਦੂਆ ਰਾਇਆ ਹੈ ਉਹ ਵਢੀਂਦਾ ਨਹੀਂ ਉਸਦਾ ਅੱਛਾ ਸਹੀ ਇਹ ਸਹੀ। ਕਾਲਾਵਾਂ ਨਾ ਪਿਆ। ਅੱਛਾ ਇਹ ਕਿਤੇ ਟੂਇਲ ਚਲਾਈ ਖਲੋਤਾ। ਬੇਲ ਭਰੀਂਦੇ ਨਹੀਂ ਅੱਲਾ ਦੇ ਬੰਦੇ ਹਾਂ ਤਾ ਤੂੰ ਇੰਨੇ ਬਿਲਾ ਵਜਾ ਲੋਕਾਂ ਨੂੰ ਪਾਣੀ ਦਿੱਤੀ ਜਾਣਾ। ਬੇਲ ਦਾ ਟਾਈਮ ਤੇ ਪੈਸੇ ਤਾਂ ਦੇਂਦੇ ਨਹੀਂ ਹਨ। ਦੇਂਦੇ ਨਾ ਕਿ ਆਉਂਦੇ ਨੇ। ਕਿੱਥੇ ਦੇਂਦੇ ਨੇ ਯਾਰ। ਕੰਮੀ ਨਾਲ ਆਇਆ ਹੀ। ਅੱਛਾ ਮਾਉਂਟੂ ਦਾ ਕੋਈ ਨਾ ਚਲਾ ਦੇ ਦੋ ਸੱਖ ਹਜ਼ਾਰ ਰੁਪਏ ਆਪੀ ਸਲਾ ਬਣਿਆ। ਹਾਂ। ਉਹ ਕਲੀਅਰ ਕਾਰ ਛੋੜਿਆ। ਅੱਛਾ ਮੈਂ ਉਹ ਚਲਾ ਦੇ। ਸਹੀ ਸਹੀ ਯਾਰ ਬਿਲ ਬੜਾ ਓਖਾ ਖਲੇ ਨਾ ਦੇ ਲਿਆ ਸਾਰੀ ਬਾਇਆ ਜਾਵਾ 1.5 ਲੱਖ ਆਇਆ ਉਹ ਤਾਂ ਗੱਲ ਹੈ ਨਾ ਟੂਲ ਚੱਲੀ ਹੈ ਕੋਈ ਨਾ ਤਾਂ 1.5 ਲੱਖ ਰੁਪਈਆ ਬੇਲ ਆਇਆ ਪਿਆ ਤੋ ਜਿਹੜਾ ਨਾ ਪਤਾ ਹੀ ਹੁਣ ਕਰਨਾ ਕੀ ਜਿਹੜਾ ਬੰਦਾ ਪੈਸੇ ਦੇਵੇ ਉਸ ਨੂੰ ਪਾਣੀ ਦੇਵਣਾ ਨਕਾ ਦੇ ਤੇ ਭਾਈ ਮੈਂ ਤੈਨੂੰ ਪਰਲਾ ਬੰਦਾ ਦੇ ਗੇ ਨਾ 5000 ਹਾਂ ਜੇ ਲੇ ਉਹਦੀ 5000 ਪੈਸੇ ਪੂਰੇ ਹੋ ਜਾਵਣ

ਅੱਛਾ ਤੇ ਆ ਰਸਤੇ ਨਾਲ ਬੰਦ ਪਾਇਆ ਪੱਠੇ ਕਿਰਸਣ ਨਹੀਂ ਅੱਛਾ ਅੱਛਾ ਡਾਸਣ ਨਹੀਂ ਹਾਂ ਸਹੀ ਸਹੀ ਬਾਵੇਂ ਬਾਦ ਦੀ ਵਗੇ ਅੱਛਾ ਭਾਈਆ ਕਿਰਦਾ ਨਹੀਂ ਆਪਣੇ ਜਿਹੜੇ ਵੀਵਰਸ ਹੈ ਨਾ ਹਾਂ ਜੀ ਇੰਡੀਆ ਚ ਅੱਛਾ ਤੇ ਮੈਨੂੰ ਇਹ ਸੁਣਾ ਭਾਈ ਇੰਡੀਆ ਲੈ ਬਿਰਾਮਾ ਕੋ ਲਈ ਸੌਦਾ ਹੋ ਸੀ ਇੰਡੀਆ ਦਾ ਸਾਹ ਜਾ ਰਹੇ ਉਹਨਾਂ ਦੇ ਕੋਲ ਉਸ ਇਹਨਾਂ ਨੇ ਵਿਖਾ ਭਾਈ ਆ ਜਾਨਵਰ ਤੁਹਾਡੇ ਕੋਲੇ ਪੱਠੇ ਲੱਦਾਂ ਵਾਲਾ ਭਾਈਆ ਗੱਲ ਹੈ ਅਗਰ ਤੁਹਾਡੇ ਕੋਲ ਆ ਜਾਨਵਰ ਹੈ ਨਾ ਤੇ ਇਹ ਤੁਸੀਂ ਸਾਨੂੰ ਕਮੈਂਟ ਚ ਲਾਜ਼ਮੀ ਦੱਸਣਾ ਹੈ ਭਾਈ ਇਹ ਜਾਨਵਰ ਤੁਹਾਡੇ ਕੋਲ ਵੀ ਹੈ ਜਾਂ ਨਾ ਸਾਡੇ ਕੋਲ ਤਾਂ ਬੜੀ ਹੈ ਆਲਸ ਆਏ ਪੱਠੇ ਛੱਠ ਢੋਣਿਓ ਹੈ ਜਿਹੜਾ ਕੰਮ ਕਰਨਾ ਹੋਵੇ ਹਾਂਜੀ ਚੱਲ ਪੁੱਤਰ ਲੈ ਜਾ ਜਿਹੜਾ ਕਰਨਾ ਹੋਵੇ ਸਕੂਨ ਨਾਲੇ ਕਰਨ ਦੇ ਦੇ ਵੇਖੋ ਨਾ ਤੂੰ ਨਾਲ ਚੱਲਿਆ ਹੈ ਅਚੋ ਨਹੀਂ ਲੈ ਕੇ ਜਾ ਸਕਦਾ ਹਾਂ ਅੱਛਾ 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 ਔਰ ਭਾਈ ਆਬਦੁਲ ਹਸਨ ਲੱਦ ਕਰਾਂ ਬਾਈ ਹਾਂ ਅੱਜ ਤਾਂ ਚਿਲਕਿਆ ਵਦਾ ਹੈ ਕਿ ਕਿਹੜਾ ਸਾਬਣ ਲੈਂਦਾ ਖਲਾ ਸਾਬਣ ਹਾਂ ਹਾਂ ਆਪਣੇ ਆਲਾ ਤੇ ਕਰੀਮ ਕਿਹੜੀ ਲੈਣਾ ਕੋਈ ਵੀ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਨਹੀਂ ਕੋਈ ਨਾ ਅੱਜ ਤੂੰ ਯਾਰ ਚਮਕਿਆ ਲੱਗਦਾ ਮੈਨੂੰ ਯਾਰਾ ਮੈਂ ਕਿੱਥੇ ਚਮਕਿਆ ਖਲਾ ਮੈਨੂੰ ਤੂੰ ਸਭੇਰਾ ਬਿਰਾ ਗੱਲ ਸਿੱਧੀ ਸਾਫ਼ ਤੂੰ ਸਾ ਇਨਸਾਫ਼ ਦੀ ਗੱਲ ਕਰਨੀ ਹੈ ਬਈ ਮੈਂ ਚਮਕਿਆ ਹਾਂ ਜਾਂ ਮੇਰਾ ਬਿਰਾ ਚਮਕਿਆ ਹੈ ਇਹਦੇ ਵੇਖੋ ਇਹਦੇ ਵੇਖ ਕਰੀਮ ਇੰਜ ਲੱਭੀ ਹੋਈ ਸੁਭਾਈਆ ਇਹੋ ਇੱਕ ਕਰੀਮ ਲੈਂਦਾ ਖਲਾ ਅਗਲੇ ਦਿਨ ਵਾਲੇ ਦੇ ਕਾਲੇ ਧੂਆਂ ਹਾਂ ਅੱਜ ਆ ਜਾ ਚਿੱਟੀ ਦਾੜੀ ਕੀਤੀ ਖਲਾਈ ਨੇ ਤੇ ਆ ਜਾ ਮੈਨੂੰ ਆਂਦਾ ਪਿਆ ਅਖੇ ਤੂੰ ਚਿਲਕਿਆ ਖਲਾ ਹਮੰਦ ਆਬਦ ਯਾਰ ਇਹ ਗੱਲ ਗਲਤ ਹੈ ਯਾਰ ਹੈ ਠੀਕ ਤੇ ਸਾਨੂੰ ਉਹ ਕਰੀਮ ਦਾ ਸਤ ਕਿਹੜੀ ਕਰੀਬ ਲੈੰਦਰਣਾ ਕੋਈ ਵੀ ਨਹੀਂ ਮੈਂ ਕਿ ਕ੍ਰੀਮ ਲਾਉਣੀ ਸਰਦਾਰ ਮੈਂ ਸੁਣਿਆ ਕੋ ਫੇਅਰ ਲਵਲੀ ਤੇ ਉਹ ਦੇ ਵਿੱਚ ਕੋਈ ਹੋਰ ਬੇਖਸ ਮੁਖਸ ਕਰੈਣਾ ਨਹੀਂ ਨਹੀਂ ਕੋਈ ਨਹੀਂ ਅੱਛਾ ਤੇ ਕਰੀਮ ਕਰੂਮ ਕੋਈ ਨਹੀਂ ਲੈਂਦਾ ਪਿਆ ठीक ठीक तो मम जर बड़ा सफर कर गया यार है माशाला माशाला हे खला यार इस टाइम हने अगली धुंध लत्थी नहीं है नवी धुंध पाए गई है, है। सूरज जड़ा जरी दरी दिखलिया खला मलूम आंधा भाई सूरज हे ना हे है भाई सूरज है बाकी आ वे हा बाग खलोता अपना अंबा का इस नहीं दिसदी ਸਾਰਾ ਹੀ ਧੁੰਦ ਦੀ ਧੁੰਦ ਹੈ ਲੱਗਦਾ ਵੀ ਬੈਠਾ ਤੇ ਇਹ ਆਏ ਸਾਡੇ ਇਲਾਕੇ ਦੇ ਵਿੱਚ ਆਏ ਜਿਹੜਾ ਹੈ ਆਏ ਪਰੰਦਾ ਬੈਠਾ ਨਾ ਇਹ ਆਏ ਯਾਰਾ ਇਹ ਕਣਕ ਦੀ ਤਕੜੇੰ ਦਾ ਤਬਾਹੀ ਜੇ ਪਹਿਲਾਂ ਪਾਣੀ ਲੈਣੇ ਆ ਨਾ ਉਹਨੂੰ ਅਸਾ ਕੋਰਸਾ ਦੇਣੇ ਉਹਦੇ ਵਿੱਚ ਇੰਜ ਫਿਰਦਾ ਹੈ ਬਈ ਕਣਕ ਦੀ ਸਦੀ ਵੀ ਨਹੀਂ ਸਾਰੀ ਲਤਾੜ ਲਾ ਤੋੜ ਕੇ ਮਾਦ ਕੇ ਪਾਣੀ ਦੇ ਵਿੱਚ ਚੱਲ ਬਾਈ ਜ਼ਮੀਨ ਦਫਨ ਕਰ ਦਿੰਦਾ ਤੇ ਅੱਜ ਇੱਥੇ ਬੈਠਾ ਸਕੂਨ ਵਾਲ ਹੈ ਭਾਈ ਅਗਰ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗ ਗਈ ਹੈ ਤਾਂ ਗੱਲ ਬਾਤ ਐਸੀ ਕੋਈ ਨਹੀਂ ਖਾਸ ਤੇ ਅਗਰ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਔਰ ਬੈਲ ਆਈਕਨ ਦਾ ਬਟਨ ਜਿਹੜਾ ਨਾ ਉਸ ਨੂੰ ਲਾਜ਼ਮੀ ਦਬਾਉਣਾ